ਅੱਜ ਦੇ ਸਮੇਂ ਵਿੱਚ ਔਨਲਾਈਨ ਡਿਲੀਵਰੀ ਦਾ ਰੁਝਾਨ ਬੇਹੱਦ ਵੱਧ ਗਿਆ। ਸਹੂਲਤਾਂ ਕਾਰਨ ਲੋਕਾਂ ਨੇ ਘਰੋਂ ਹੀ ਸਮਾਨ ਮੰਗਵਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕੱਪੜੇ ਅਤੇ ਇਲੈਕਟ੍ਰੋਨਿਕਸ ਔਨਲਾਈਨ ਆਰਡਰ ਕੀਤੇ ਜਾਂਦੇ ਸਨ, ਫਿਰ ਖਾਣ ਪੀਣ ਦੀਆਂ ਚੀਜ਼ਾਂ ਦੀ ਡਿਲੀਵਰੀ ਸ਼ੁਰੂ ਹੋ ਗਈ। ਜਿਵੇਂ ਹੀ ਔਨਲਾਈਨ ਸ਼ੋਪਿੰਗ ਦਾ ਰੁਝਾਨ ਵਧਿਆ, ਲੋਕ ਵੱਡੇ ਪੱਧਰ 'ਤੇ ਠੱਗੀ ਦਾ ਸ਼ਿਕਾਰ ਹੋਏ ਹਨ। ਅੱਜ ਤੁਹਾਡੇ ਨਾਲ ਇਹੋ ਜਿਹਾ ਮਾਮਲਾ ਸਾਂਝਾ ਕਰਨ ਜਾ ਰਹੇ ਹਾਂ ਜਿਸ ਵਿੱਚ ਇੱਕ ਔਰਤ ਨੇ ਔਨਲਾਈਨ ਪਨੀਰ ਮੰਗਵਾਇਆ, ਪਰ ਜਦੋਂ ਚਾਕੂ ਨਾਲ ਪਨੀਰ ਨੂੰ ਕੱਟਣ ਲੱਗੇ ਤਾਂ ਔਰਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਆਓ ਵੇਖਦੇ ਹਾਂ ਕੀ ਆ ਪੂਰਾ ਮਾਮਲਾ। ਅੱਜ ਦੇ ਸਮੇਂ ਵਿੱਚ ਔਨਲਾਈਨ ਡਿਲੀਵਰੀ ਦਾ ਰੁਝਾਨ ਬਹੁਤ ਵੱਧ ਗਿਆ। ਸਹੂਲਤਾਂ ਕਾਰਨ ਲੋਕਾਂ ਨੇ ਘਰੋਂ ਹੀ ਸਮਾਨ ਮੰਗਵਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕੱਪੜੇ ਅਤੇ ਇਲੈਕਟ੍ਰੋਨਿਕਸ ਔਨਲਾਈਨ ਆਰਡਰ ਕੀਤੇ ਜਾਂਦੇ ਸਨ, ਫਿਰ ਖਾਣ ਪੀਣ ਦੀਆਂ ਚੀਜ਼ਾਂ ਦੀ ਡਿਲੀਵਰੀ ਵੀ ਸ਼ੁਰੂ ਹੋ ਗਈ। ਹੁਣ ਰਾਸ਼ਨ, ਸਬਜ਼ੀਆਂ, ਫਲ ਅਤੇ ਇੱਥੋਂ ਤੱਕ ਕਿ ਦਵਾਈਆਂ ਵੀ ਘਰ ਘਰ ਪਹੁੰਚਦੀਆਂ। ਜੇਕਰ ਤੁਸੀਂ ਵੀ ਜ਼ਿਆਦਾਤਰ ਘਰੇਲੂ ਸਮਾਨ ਔਨਲਾਈਨ ਆਰਡਰ ਕਰਦੇ ਹੋ ਤਾਂ ਇਹ ਵੀਡੀਓ ਤੁਹਾਨੂੰ ਹੈਰਾਨ ਕਰ ਦੇਵੇਗੀ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਨੂੰ ਦੇਖ ਕੇ ਤੁਹਾਡਾ ਔਨਲਾਈਨ ਡਿਲੀਵਰੀ 'ਤੇ ਭਰੋਸਾ ਉੱਠ ਜਾਵੇਗਾ। ਕਈ ਵਾਰ ਤੁਸੀਂ ਔਨਲਾਈਨ ਸ਼ਾਪਿੰਗ ਵਿੱਚ ਧੋਖਾਧੜੀ ਬਾਰੇ ਸੁਣਿਆ ਹੋਵੇਗਾ। ਕਈ ਵਾਰ ਲੋਕਾਂ ਨੂੰ ਮੋਬਾਈਲ ਦੀ ਬਜਾਏ ਸਾਬਣ ਭੇਜਿਆ ਜਾਂਦਾ। ਕਈ ਵਾਰ ਇੱਕ ਚੀਜ਼ ਆਰਡਰ ਕੀਤੀ ਜਾਂਦੀ ਹੈ, ਪ੍ਰਦਾਨ ਕੁਝ ਹੋਰ ਕੀਤਾ ਜਾਂਦਾ। ਪਰ ਹਾਲ ਹੀ ਵਿੱਚ ਸ਼ੇਅਰ ਕੀਤੀ ਗਈ ਔਨਲਾਈਨ ਧੋਖਾਧੜੀ ਦਾ ਇਹ ਵੀਡੀਓ ਸਭ ਦਾ ਬਾਪ ਨਿਕਲਿਆ। ਅਜਿਹੇ 'ਚ ਘਰ 'ਚ ਪਨੀਰ ਦਾ ਆਰਡਰ ਕਰਨਾ ਇੱਕ ਔਰਤ ਲਈ ਕਾਫੀ ਮਹਿੰਗਾ ਸਾਬਤ ਹੋਇਆ। ਉਸਨੂੰ ਪਨੀਰ ਦੀ ਥਾਂ 'ਤੇ ਪੱਥਰ ਭੇਜ ਦਿੱਤਾ ਗਿਆ। ਸੋਸ਼ਲ ਮੀਡੀਆ 'ਤੇ ਇੱਕ ਔਰਤ ਨੇ ਆਪਣੇ ਨਾਲ ਹੋਈ ਔਨਲਾਈਨ ਧੋਖਾਧੜੀ ਦਾ ਵੀਡੀਓ ਸ਼ੇਅਰ ਕੀਤਾ। ਔਰਤ ਨੇ 5 ਕਿਲੋ ਪਨੀਰ ਔਨਲਾਈਨ ਆਰਡਰ ਕੀਤਾ ਸੀ। ਡਿਲੀਵਰੀ ਬੁਆਏ ਨੇ ਵੀ ਪਨੀਰ ਮਹਿਲਾ ਦੇ ਘਰ ਪਹੁੰਚਾ ਦਿੱਤਾ ਸੀ। ਔਰਤ ਪੈਕਟ ਘਰ ਦੇ ਅੰਦਰ ਲੈ ਕੇ ਗਈ। ਉਸਨੇ ਪੈਕਟ ਸਿੱਧਾ ਫਰਿੱਜ ਵਿੱਚ ਰੱਖ ਦਿੱਤਾ। ਜਦੋਂ ਔਰਤ ਨੇ ਖਾਣਾ ਬਣਾਉਂਦੇ ਹੋਏ ਪਨੀਰ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵਿਚਕਾਰੋਂ ਕੱਟਿਆ ਨਹੀਂ ਜਾ ਸਕਿਆ। ਇਸ ਤੋਂ ਬਾਅਦ ਔਰਤ ਨੇ ਆਪਣੇ ਪਤੀ ਦੀ ਮਦਦ ਲਈ, ਜਦੋਂ ਪਨੀਰ ਨੂੰ ਕਾਫੀ ਮਿਹਨਤ ਤੋਂ ਬਾਅਦ ਕੱਟਿਆ ਗਿਆ ਤਾਂ ਅੰਦਰੋਂ ਇੱਕ ਵੱਡਾ ਪੱਥਰ ਨਿਕਲਿਆ। ਬਿਊਰੋ ਰਿਪੋਰਟ, ਹਮਦਰਦ ਟੀਵੀ।